ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਾ ਰਹੇ ਹਾਂ ਜੀ ਦਿੱਲੀ ਨੂੰ। ਰਾਤ ਨੂੰ ਅਸੀਂ ਪਟਿਆਲੇ ਕੀਰਤਨ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ, ਅਤੇ ਬੜਾ ਆਨੰਦ ਆਇਆ ਕੀਰਤਨ ਦਾ। ਅਤੇ ਰਾਤ ਅਸੀਂ ਫਿਰ ਪਟਿਆਲੇ ਰੁਕ ਗਏ ਸੀ, ਅਤੇ ਹੁਣ ਪਟਿਆਲੇ ਤੋਂ ਅਸੀਂ ਤੁਰ ਪਏ ਹਾਂ। ਇੱਥੋਂ ਅਸੀਂ ਜਾਵਾਂਗੇ ਪਹਿਲਾਂ ਪਾਣੀਪਤ, ਅਤੇ ਫਿਰ ਪਾਣੀਪਤ ਤੋਂ ਜਾਵਾਂਗੇ। ਆਹ ਦਿਖਾਇਓ ਜਰਾ, ਬੜੀ ਅੱਛੀ ਬਿਲਡਿੰਗ ਹੈ। ਇੱਕ ਮਿੰਟ, ਮੈਂ ਤੁਹਾਨੂੰ ਵਾਪਸ ਆ ਰਿਹਾ, ਪਰ ਲੋਕੇਸ਼ਨ ਬਹੁਤ ਅੱਛੀ ਆ ਰਹੀ। ਲੋਕੇਸ਼ਨ ਬਹੁਤ ਅੱਛੀ, ਆਹ ਬਿਲਡਿੰਗ ਬੜੀ ਅੱਛੀ ਬਣੀ ਜੀ ਹੈਗੀ। ਵਾਹ, ਕਿਆ ਬਾਤ, ਵੈਰੀ ਨਾਈਸ। ਪੰਜਾਬ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਦੀ ਬਿਲਡਿੰਗ, ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼, ਵੈਰੀ ਨਾਈਸ। ਬਹੁਤ ਵੈਰੀ ਗੁੱਡ ਕੰਮ ਕੀਤਾ। ਸੋ ਵਾਪਸੀ ਉਹਨੇ ਆਪਣੀ ਗੱਲ 'ਤੇ, ਅਤੇ ਹੁਣ ਜਾ ਰਹੇ ਹਾਂ ਅਸੀਂ ਪਾਣੀਪਤ। ਪਾਣੀਪਤ ਸਾਡੇ ਮਿੱਤਰ ਹੈਗੇ ਨੇ ਸੁਖਪ੍ਰੀਤ ਸਿੰਘ ਜੀ ਉਹਨਾਂ ਪਾਸ, ਅਤੇ ਫਿਰ ਅਸੀਂ ਜਾਵਾਂਗੇ ਦਿੱਲੀ। ਅੱਜ ਰਾਤ ਦੀ ਹਾਜ਼ਰੀ ਹੈਗੀ ਹੈ ਜੀ ਗੁਰਦੁਆਰਾ ਸੀਸਗੰਜ ਸਾਹਿਬ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਿਬ, ਅਤੇ ਰਾਤ ਦੀ ਹਾਜ਼ਰੀ ਉੱਥੇ ਭਰ ਕੇ ਅਤੇ ਫਿਰ ਉੱਥੋਂ ਦੀ ਵਾਪਸੀ ਕੁਛ ਕਰਾਂਗੇ ਜੀ। ਸੋ ਇਹ ਅਪਡੇਟ ਆ ਜੀ। ਅਤੇ ਅਪਡੇਟ ਇੱਕ ਬਹੁਤ ਵਧੀਆ ਹੋਰ ਹੈਗੀ ਹੈ, ਸਾਡੇ ਅਮਨ ਭਾਅ ਜੀ ਨੇ ਨਾ ਨਵੀਆਂ ਐਨਕਾਂ ਲਈਆਂ ਹੋਈਆਂ, ਸਨ ਗਲਾਸਿਸ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ। ਦੇਖੋ ਪਾਣੀਪਤ ਸਰਾਣਾ ਸਾਹਿਬ ਮਹਾਂਪੁਰਖਾਂ ਦਾ ਸਥਾਨ। ਹਾਂਜੀ, ਸਾਡਾ ਵੀਰ ਸੁਖਪ੍ਰੀਤ ਸਿੰਘ, ਇਹ ਮੇਰਾ ਛੋਟਾ ਵੀਰ ਹੈ, ਲੱਗਦਾ ਭਾਵੇਂ ਵੱਡਾ ਥੋੜ੍ਹਾ ਜਿਹਾ ਮੇਰੇ ਤੋਂ, ਅਤੇ ਹੈ ਛੋਟਾ, ਅਤੇ ਮਹਾਂਪੁਰਖਾਂ ਦੇ ਬੇਟੇ ਆ ਸਰਾਣਾ ਸਾਹਿਬ ਪਾਣੀਪਤ। ਅਤੇ ਘਰ ਵਾਲਾ ਮਾਹੌਲ ਹੈ ਇੱਥੇ, ਕਦੀ ਵੀ ਇੱਦਾਂ ਅਸੀਂ ਮਹਿਸੂਸ ਨਹੀਂ ਕੀਤਾ ਕਿ ਅਸੀਂ ਬਾਹਰ ਆਏ ਹਾਂ, ਸਾਡਾ ਆਪਣਾ ਪਰਿਵਾਰ ਹੈ। ਕਿਉਂ, ਮੈਂ ਠੀਕ ਕਹਿ ਰਿਹਾ? ਜਦੋਂ ਇਹ ਵੱਡੇ ਭਰਾ ਕਹਿ ਰਹੇ ਨੇ ਤਾਂ ਫਿਰ ਕਰਦੇ, ਕਰਦੀ ਗੱਲ ਹੀ ਹੋ ਗਈ ਨਾ। ਹਾਂ ਬਿਲਕੁਲ, ਹੈ ਹੀ ਹੈ, ਹੈ ਹੀ ਹੈ, ਬਿਲਕੁਲ ਹੈ ਹੀ ਹੈ। ਬਹੁਤ ਟਾਈਮ ਬਾਅਦ ਮਿਲੇ ਹਾਂ ਅਸੀਂ, ਕਈ ਮਹੀਨਿਆਂ ਬਾਅਦ, ਇੱਦਾਂ ਲੱਗਦਾ ਕਈ ਸਾਲਾਂ ਬਾਅਦ ਮਿਲੇ ਹਾਂ। ਆਓ ਚਲੀਏ। ਇੱਥੇ ਕੋਈ ਸਾਈਕਲ ਦੀ ਗੱਲ ਕਰ ਰਿਹਾ, ਕੀ ਗੱਲ ਹੋਈ ਅਮਨ ਜੀ? ਕਿਹੜੀ ਗੱਲ? ਬਸ ਇਸ ਟੌਪਿਕ ਨੂੰ ਇੱਥੇ ਰਹਿਣ ਦਿਓ ਭਾਜੀ। ਕਿਹੜਾ ਟੌਪਿਕ ਮੈਨੂੰ ਦੱਸੋਗੇ? ਸਾਈਕਲ ਭਾਜੀ, ਪਲੀਜ਼ ਸਾਈਕਲ ਦੀ ਕੋਈ ਗੱਲ ਨਹੀਂ ਕਰੇਗਾ। ਸਾਈਕਲ ਬਹੁਤ ਅੜਿਆ ਹੋਇਆ ਜਥੇ ਦੇ ਵਿੱਚ, ਬਹੁਤ ਇਸ ਟਾਈਮ ਘਮਾਸਾਨ ਚੱਲ ਰਹੇ ਨੇ ਸਾਈਕਲ ਵਾਸਤੇ। ਅਸੀਂ ਰੋਟੀ ਖਾਣ ਲਈ ਬਹਿੰਦੇ ਹਾਂ ਤਾਂ ਵੀ ਸਾਈਕਲ ਦੀ ਗੱਲ ਹੀ ਹੁੰਦੀ ਹੈ, ਇੱਥੇ ਤਾਂ ਰੋਟੀ ਦੀ ਗੱਲ ਕਰ। ਚਾਦਾ ਚੱਕੋ। ਵਾਹ, ਬਹੁਤ ਅੱਛਾ। ਨਹੀਂ, ਮੈਂ ਵਿੱਚ ਲੈ ਕੇ ਆਉਂਦਾ ਤੁਹਾਨੂੰ। ਇਹ ਹੈ ਜੀ ਸਾਡੇ ਦਮਨ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਪ੍ਰਸ਼ਾਦਾ ਚੱਕ ਲਈਏ। ਢੋਈ ਬਾਈ, ਫਿਰ ਮੈਨੂੰ ਮਾੜਾ ਜਿਹਾ ਦੱਸੋ ਜਰਾ। ਗੱਡੀ ਅਜੇ ਤਾਂ ਇਨੋਵਾ 'ਚ ਬੈਠੇ ਹੋਏ, ਆਪਣੇ ਵਾਸਤੇ ਕੋਈ ਡਿਸਾਈਡ ਨਹੀਂ ਹੋ ਰਹੀ ਹੈ, ਅਤੇ ਲਿਓ ਮੈਂ ਕਰਦਾ ਭਾਜੀ ਮੂਵ। ਸਮਝ ਨਹੀਂ ਆ ਰਹੀ। ਚਾਬੀ ਤਾਂ ਲੈ ਜਾ ਬਗੈਰ। ਚਾਬੀ ਲੈ ਯਾਰ, ਚਾਬੀ ਤਾਂ ਲੈ। ਦਾਰੇ ਪਿੱਛੇ ਸਪੇਸ ਠੀਕ ਹੈ? ਬਹੁਤ ਵਧੀਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਹੁਣ ਨਿਕਲ ਪਏ ਹਾਂ ਜੀ ਦਿੱਲੀ ਲਈ ਗੁਰਦੁਆਰਾ ਸੀਸਗੰਜ ਸਾਹਿਬ ਅੱਜ ਰਾਤ ਦਾ ਕੀਰਤਨ ਉੱਥੇ ਹੈ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਸੋ ਅੱਜ ਸਾਡੇ ਅਹੋ ਭਾਗ ਕਿ ਸਾਡੇ ਨਾਲ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਸਰਾਣਾ ਸਾਹਿਬ ਪਾਣੀਪਤ ਤੋਂ ਸਾਡੇ ਨਾਲ ਜਾ ਰਹੇ ਹਨ ਅੱਜ ਜਥੇ ਦੇ ਮੈਂਬਰ ਬਣ ਕੇ ਅਤੇ ਸਾਨੂੰ ਅੱਜ ਬੜੀ ਖੁਸ਼ੀ ਹੈ ਜੀ ਅਤੇ ਬਾਕੀ ਦੀ ਅਪਡੇਟਾਂ ਤੁਹਾਨੂੰ ਰਾਹ 'ਚ ਅਸੀਂ ਜਾਂਦੇ ਹਾਂ ਦੇਈ ਜਾਵਾਂਗੇ ਅਤੇ ਧੰਨਵਾਦ ਹਾਂਜੀ ਦਿੱਲੀ ਪਹੁੰਚ ਗਏ ਹਾਂ ਜੀ ਅਤੇ ਬਹੁਤ ਸੋਹਣੀ ਡਰਾਈਵਿੰਗ ਕੀਤੀ ਹੈ ਵੀਰ ਸੁਖਪ੍ਰੀਤ ਸਿੰਘ ਹੁਣਾਂ ਨੇ ਬਹੁਤ ਸਾਨੂੰ ਮੇਰੇ ਖਿਆਲ ਇੱਕ ਡੇਢ ਘੰਟੇ 'ਚ ਲਿਆਉਂਦਾ ਹਾਂਜੀ ਡੇਢ ਘੰਟੇ 'ਚ ਲਿਆਉਂਦਾ ਜੀ ਇਹਨਾਂ ਨੇ ਸਾਨੂੰ ਦਿੱਲੀ ਸ਼ਹਿਰ ਦੇ ਅੰਦਰ ਅਤੇ ਬੜੀ ਸੇਫ ਡਰਾਈਵਿੰਗ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਨਾਲ ਨਾ ਅੱਜ ਵੀਰ ਗੁਰਜੀਤ ਸਿੰਘ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ ਹੀ ਆ ਸਾਡਾ ਵੀਰ ਅਤੇ ਰਾਗੀ ਜਥਾ ਇਹਨਾਂ ਦਾ ਬਹੁਤ ਸੋਹਣਾ ਕੀਰਤਨ ਕਰਦੇ ਨੇ ਅਤੇ ਸਾਡੇ ਨਾਲ ਪਿਆਰ ਕਰਦੇ ਨੇ ਅੱਜ ਸਾਡੇ ਨਾਲ ਚੱਲੇ ਨੇ ਸਾਡੇ ਜਥੇ ਰੂਪ ਦੇ ਵਿੱਚ ਹੀ ਸੋ ਤਿਹਨਾਂ ਦਾ ਵੀ ਬਹੁਤ ਧੰਨਵਾਦ ਹੋਰ ਕੋਈ ਤੁਸੀਂ ਤਾਂ ਨਹੀਂ ਗੱਲ ਕਰਨੀ ਕੋਈ ਬਸ ਭਾਜੀ ਸੁਖਪ੍ਰੀਤ ਹੋਣੀ ਸਾਨੂੰ ਗੱਲਾਂ ਬਾਤਾਂ ਕਰਦੇ ਇੱਥੇ ਤੱਕ ਲੈ ਆਏ ਸਾਨੂੰ ਵੀ ਨਹੀਂ ਪਤਾ ਲੱਗਾ ਸਾਨੂੰ ਵੀ ਨਹੀਂ ਪਤਾ ਲੱਗਾ ਪਿੱਛੇ ਬਹਿ ਕੇ ਬਹੁਤ ਆਨੰਦ ਲੈ ਰਿਹਾ ਹਾਂ ਬਹੁਤ ਆਨੰਦ ਲੈ ਰਹੇ ਨੇ ਮੇਰੀ ਜਗ੍ਹਾ ਤੇ ਬੈਠਾ ਵੈਸੇ ਤਾਂ ਹੀ ਮੈਨੂੰ ਬਹੁਤ ਆਨੰਦ ਆ ਰਿਹਾ ਭਾਈ ਅੱਜ ਮੈਂ ਦਾਰਾ ਭਾਜੀ ਦੀ ਜਗ੍ਹਾ ਤੇ ਬੈਠਾ ਹੋਇਆ ਇੱਥੇ ਸੋ ਬੜਾ ਆਨੰਦ ਆ ਰਿਹਾ ਅੱਜ ਸਾਡੇ ਡਰਾਈਵਰ ਸਾਹਿਬ ਦੇਖੋ ਕਿੱਡੇ ਆ ਨੌਜਵਾਨ ਮੁੰਡਾ ਪੂਰਾ ਬਹੁਤ ਆਨੰਦ ਹੈ ਜੀ ਅੱਜ ਚਲੋ ਅਸੀਂ ਬਾਕੀ ਪਹੁੰਚ ਕੇ ਤੁਹਾਨੂੰ ਅਪਡੇਟ ਦਿੰਦੇ ਹਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਲਮੋਸਟ ਪਹੁੰਚ ਗਏ ਹਾਂ ਜੀ ਕਾਫੀ ਰਸ਼ ਵਾਲਾ ਏਰੀਆ ਹੁੰਦਾ ਹੈ ਚਾਂਦਨੀ ਚੌਂਕ ਤੁਸੀਂ ਵੇਖ ਸਕਦੇ ਹੋ ਇਹ ਇੱਕ ਮਿੰਟ ਗੁਰਦੁਆਰਾ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਅਤੇ ਬਸ ਆਪਾਂ ਇੰਨੀ ਦੂਰੀ 'ਤੇ ਹਾਂ ਜੀ ਆਲਮੋਸਟ 10 ਮਿੰਟ ਤੱਕ ਅਸੀਂ ਪਹੁੰਚ ਜਾਵਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਿਲਕੁਲ ਲਾਗੇ ਜੀ ਬਾਜ਼ਾਰ ਹੈ ਦਾਰਾ ਭਾਜੀ ਸਾਡੇ ਨਾਲ ਨੇ ਬਾਜ਼ਾਰ ਦੇ ਵਿੱਚ ਜਾਣ ਦਾ ਇੱਕੋ ਹੀ ਮਕਸਦ ਹੈ ਜੀ ਇੱਥੇ ਬਹੁਤ ਵਧੀਆ ਜਲੇਬੀ ਮਿਲਦੀ ਹੈ ਇੱਥੇ ਨਾ ਅਤੇ ਉਹ ਲੈਣ ਵਾਸਤੇ ਉਤਰੇ ਹਾਂ ਅਤੇ ਹੁਣੇ ਤੁਹਾਨੂੰ ਦਿਖਾਉਂਦੇ ਜੀ ਜਲੇਬੀ ਬਹੁਤ ਮਸ਼ਹੂਰ ਇਹਨਾਂ ਦੀ ਸਪੈਸ਼ਲ ਜਲੇਬੀ ਹੈ ਜੀ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਸਮੋਸੇ ਅਤੇ ਜਲੇਬੀ ਦਾ ਬਹੁਤ ਅੱਛਾ ਕਿਤੇ ਕੰਬੀਨੇਸ਼ਨ ਇਸ ਕਰਕੇ ਸਮੋਸੇ ਵੀ ਲਏ ਜਾ ਰਹੇ ਨਾਲ ਫਰੈਸ਼ ਬਣ ਰਹੇ ਨਾਲ ਫਰੈਸ਼ ਸਮੋਸੇ ਬਣ ਰਹੇ ਇਹ ਸਮੋਸਾ ਜਲੇਬੀ ਇਹ ਬਹੁਤ ਵਧੀਆ ਚੀਜ਼ ਹੈ ਜੀ ਗਲੇ ਲਈ ਸਾਡੇ ਲਈ ਤਾਂ ਬਹੁਤ ਵਧੀਆ ਬਾਕੀ ਪਤਾ ਨਹੀਂ ਇਹ ਇੱਥੋਂ ਦੀ ਚਾਂਦਨੀ ਚੌਂਕ ਦੀ ਬੜੀ ਮਸ਼ਹੂਰ ਦੁਕਾਨ ਹੈ ਜੀ ਇੱਥੇ ਕਿਹੜੀ ਦੁਕਾਨ ਹੈ ਜਲੇਬੀ ਦੀ ਹੈ ਨਾ ਜਲੇਬੀ ਸਮੋਸਾ ਅਤੇ ਇਹਨਾਂ ਦੀ ਜਲੇਬੀ ਬਹੁਤ ਮਸ਼ਹੂਰ ਹੈ ਬੜੀ ਹੀ ਵਧੀਆ ਟੇਸਟੀ ਡਿਲੀਸ਼ੀਅਸ ਜਦੋਂ ਵੀ ਇੱਥੇ ਆਈਦਾ ਭਾਵੇਂ ਇੱਕ ਜਲੇਬੀ ਖਾਈਏ ਖਾਈਦੀ ਜ਼ਰੂਰ ਹੈ ਧੰਨਵਾਦ ਮਨ ਜਨਮ ਜਨਮ ਦੇ ਸੱਜਣ ਸੱਜਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਾਰੀ ਦੁਨੀਆਂ ਵਿੱਚ ਵਾਹਿਗੁਰੂ ਵਾਹਿਗੁਰੂ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ, ਅੱਜ ਤਿੰਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਣਿਆ ਜੀ। ਬਹੁਤ ਹੀ ਕੀਰਤਨ ਦਾ ਆਨੰਦ ਆ, ਸੰਗਤ ਨੇ ਬੜੀ ਅਸੀਸ ਬਖਸ਼ਿਸ਼ ਕੀਤੀ। ਅਤੇ ਹੁਣ ਸਮਾਪਤੀ ਤੋਂ ਬਾਅਦ ਜੀ ਅਸੀਂ ਜਾ ਰਹੇ ਹਾਂ ਪੰਜਾਬ ਨੂੰ। ਕੱਲ੍ਹ ਸਵੇਰੇ ਮੋਗੇ ਪ੍ਰੋਗਰਾਮ ਹੈ ਜੀ, ਤੁਸੀਂ ਇਸੇ ਤਰ੍ਹਾਂ ਬਖਸ਼ਿਸ਼ ਕਰਿਓ, ਅਸੀਸ ਬਖਸ਼ਿਸ਼ ਕਰਿਓ ਤਾਂ ਜੋ ਇਸੇ ਤਰ੍ਹਾਂ ਕੀਰਤਨ ਕਰਦੇ ਰਹੀਏ ਅਤੇ ਤੁਹਾਡੀਆਂ ਅਸੀਸਾਂ ਮਾਣਦੇ ਰਹੀਏ ਜੀ। ਬਹੁਤ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਹਾਜ਼ਰੀ ਲਈ ਹੈ ਜੀ। ਬਹੁਤ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।